ਪੰਜਾਬ ਦਾ ਕਿਸਾਨ ਜਾਂ ਤਾਂ ਖੁਦਕੁਸ਼ੀਆਂ ਲਈ ਮਸ਼ਹੂਰ ਹੈ ਜਾਂ ਫਿਰ ਧਰਨਿਆਂ ਦੇ ਲਈ। ਪਿਛਲੇ 3 ਦਿਨਾਂ ਤੋਂ ਕਿਸਾਨ ਜਥੇਬੰਦੀ ਨੇ ਸਰਕਾਰ ਦੇ ਖਿਲਾਫ ਆਪਣਾ ਮੋਰਚਾ ਖੋਲ੍ਹਿਆ ਹੋਇਆ ਹੈ। ਜੇ ਗੱਲ ਕੀਤੀ ਜਾਵੇ ਬਰਨਾਲਾ ਦੀ ਤਾਂ ਅੱਜ 3 ਦਿਨ ਇੱਥੇ ਵੀ ਕਿਸਾਨਾਂ ਦਾ ਧਰਨਾ ਬਿਜਲੀ ਵਿਭਾਗ ਦੇ ਦਫ਼ਤਰ ਦੇ ਬਾਹਰ ਲੱਗਿਆ ਹੋਇਆ ਨਜ਼ਰ ਆਇਆ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਪਿਛਲੇ 3 ਦਿਨਾਂ ਤੋਂ ਪੰਜਾਬ ਭਰ ਦੇ ਵਿੱਚ ਤਕਰੀਬਨ 31 ਥਾਵਾਂ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਧਰਨਾ ਲਾਇਆ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਝੋਨੇ ਦੀ ਫਸਲ ਲਾਉਣ ਦੇ ਲਈ 16 ਘੰਟੇ ਦੀ ਬਿਜਲੀ ਸਪਲਾਈ ਕਰੇ ਤਾਂ ਕਿ ਉਹ ਆਪਣੀ ਫਸਲ ਬੀਜ ਸਕਣ। ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ 20 ਜੂਨ ਤੋਂ ਸ਼ੁਰੂ ਕਰਨ ਦੇ ਹੁਕਮ ਸੁਣਾਏ ਹੋਏ ਨੇ, ਜਿਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅੱਜ 13 ਜ਼ਿਲ੍ਹਿਆਂ ਦੇ ਵਿੱਚ 31 ਥਾਵਾਂ ਦੇ ਉੱਤੇ ਅਸੀਂ ਲਗਾਤਾਰ ਵੱਡੀ ਪੱਧਰ ਦੇ ਉੱਤੇ ਧਰਨੇ ਚੱਲ ਰਹੇ ਨੇ। ਕਿਸੇ ਵੀ ਥਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬ ਦਾ ਕੋਈ ਸਰਕਾਰੀ ਅਧਿਕਾਰੀ ਕਿਸਾਨਾਂ ਦੇ ਦੁੱਖ ਸੁਣਨ ਆਇਆ ਹੋਵੇ। ਇਹ ਸ਼ਰਮ ਵਾਲੀ ਗੱਲ ਹੈ। ਅੱਜ 3 ਦਿਨ ਹੈ, ਮੰਗ ਕੀ ਹੈ? ਮੰਗ 16 ਘੰਟੇ ਹੈ ਸਾਡੀ ਵੀ, 16 ਘੰਟੇ ਸਾਨੂੰ ਸਪਲਾਈ ਦਿਓ। ਝੋਨਾ ਲਾਉਣਾ ਹੈ, ਝੋਨਾ ਲੱਗ ਰਿਹਾ ਪਿੰਡਾਂ ਦੇ ਵਿੱਚ। ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਹੈ ਵੀ 1 ਤਰੀਕ ਨੂੰ ਝੋਨਾ ਲਾਓ, ਪਿਛਲੇ ਵਾਰ ਕਿਹਾ ਬਾਦਲ ਦੀ ਸਰਕਾਰ ਨੇ, ਹੁਣ ਕੈਪਟਨ ਸਾਹਿਬ ਕਹਿੰਦੇ ਵੀ 20 ਨੂੰ ਝੋਨਾ ਲਾਓ। ਇਸ ਪ੍ਰਦਰਸ਼ਨ ਦੇ ਵਿੱਚ ਬਹੁਤ ਸਾਰੇ ਕਿਸਾਨ ਸ਼ਾਮਲ ਹੋਏ ਜੋ ਕਿ ਲਗਾਤਾਰ ਬਿਜਲੀ ਵਿਭਾਗ ਤੋਂ 16 ਘੰਟੇ ਬਿਜਲੀ ਛੱਡਣ ਦੀ ਮੰਗ ਤੇ ਅੜੇ ਹੋਏ ਨੇ। ਅੱਜ ਸਾਡਾ 3 ਦਿਨ ਵਿੱਚ ਲਗਾਤਾਰ ਧਰਨਾ ਚੱਲ ਰਿਹਾ ਹੈ। ਗਰੇਡਾਂ ਦੇ ਵਿੱਚ 31 ਥਾਵਾਂ 'ਤੇ ਸਾਡਾ ਧਰਨਾ ਚੱਲ ਰਿਹਾ ਹੈ। ਸਰਕਾਰ ਕਹਿੰਦੀ ਹੈ ਵੀ 20 ਤਰੀਕ ਨੂੰ ਝੋਨਾ ਲਾਓ, ਅਸੀਂ ਲਾਈਟ ਨਹੀਂ ਦੇਣੀ। ਅਸੀਂ ਕਿਹਾ ਵੀ ਅਸੀਂ ਲਾਈਟ ਲੈ ਕੇ ਉੱਠਾਂਗੇ, ਕਿਉਂਕਿ ਸਰਕਾਰ ਸਾਨੂੰ ਹੈਰਾਨ ਕਰ ਰਹੀ ਹੈ। ਜੇ ਝੋਨਾ ਇਹਨਾਂ ਨੇ ਪਾਣੀ ਦਾ ਬਚਾਅ ਬਾਰੇ ਸੋਚਣਾ ਤਾਂ ਹੋਰ ਫਸਲਾਂ ਬਥੇਰੀਆਂ ਨੇ, ਅਸੀਂ ਮੱਕੀ ਬੀਜ ਲਾਂਗੇ, ਸਾਨੂੰ ਭਾਅ ਦੇਣਾ, ਕਪਾਹ ਬੀਜ ਲਾਂਗੇ, ਹੋਰ ਆਲੂ ਬੀਜ ਲਾਂਗੇ, ਰੋਲਦੇ ਨੇ, ਇਸ ਲਈ ਉਹਦੇ ਭਾਅ ਦੇਣ ਸਾਨੂੰ ਵੀ ਮਿੱਥੇ ਵੀ ਆਹ ਭਾਅ 'ਤੇ ਫਸਲ ਸਾਡੀ ਹੋਊ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਲਾਨੇ ਇਸ ਸੰਘਰਸ਼ ਵਿੱਚ ਬੀਬੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਪੱਤਰਕਾਰਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ। ਉਦੋਂ ਕਹਿੰਦੀਆਂ ਸਾਨੂੰ ਮੋਬਾਈਲ ਵੀ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਨੌਕਰੀ ਵੀ ਦੇਵਾਂਗੇ, ਅਸੀਂ ਤੁਹਾਡੀ ਘਰ ਘਰ ਬਿਲਕੁਲ ਪਿਲਸ਼ਣ ਦੇਵਾਂਗੇ, ਸਾਰੀ ਮਦਦ ਕਰਾਂਗੇ, ਪਰ ਇੱਥੇ ਕੋਈ ਮਦਦ ਨਹੀਂ। ਕਿਸਾਨਾਂ ਦੇ ਸੰਘਰਸ਼ ਦਾ ਅੱਜ 3 ਦਿਨ ਵੀ ਹੰਗਾਮਾ ਭਰਪੂਰ ਰਿਹਾ, ਪਰ ਸਰਕਾਰੀ ਐਲਾਨ ਮੁਤਾਬਕ ਉਦਾਂ ਵੀ ਕਿਸਾਨਾਂ ਨੂੰ 20 ਤਰੀਕ ਤੋਂ ਬਿਜਲੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਪਰ ਵੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਸਰਕਾਰ ਆਪਣਾ ਫੈਸਲਾ ਵਾਪਸ ਲਵੇਗੀ ਜਾਂ ਫਿਰ ਕਿਸਾਨਾਂ ਦਾ ਸੰਘਰਸ਼ ਕਿਸੇ ਨਤੀਜੇ ਉੱਤੇ ਪੁੱਜ ਸਕੇਗਾ। ਬਰਨਾਲਾ ਤੋਂ ਜੀਵਨ ਸ਼ਰਮਾ ਦੀ ਰਿਪੋਰਟ, ਸਾਂਝਾ ਟੀਵੀ ਲਈ।